ਫਸਲ ਫਸਲ ਕਿਸਾਨ ਫਸਲ ਕਿਸਾਨੀ ਦਾ ਜੇਕਰ ਖੇਤ ਨਾ ਰਹੇ ਪੰਜਾਬ ਦੇ ਵਿੱਚ ਖਾਣ ਨੂੰ ਕੀ ਰਹੇਗਾ ਲੋਕ ਜੇ ਕੋਈ ਬਿਚਾਰਾ ਬਿਮਾਰ ਆ ਕੋਈ ਐਂਬੂਲੈਂਸ ਆ ਰਹੀ ਹੈ ਕੋਈ ਕੋ ਆਪਾਂ ਸੜਕਾਂ ਤੇ ਧਰਨੇ ਲਾ ਰਹੇ ਨੇ ਅੱਬ ਬਦਮਾਸ਼ ਬਣੇ ਹੋਏ ਆ ਨਕਲੀ ਕਿਸਾਨ ਭਾਈ ਧਰਨਾ ਚੱਲ ਰਿਹਾ ਸ਼ਾਂਤਮਈ ਚੱਲ ਕੋਈ ਨੁਕਸਾਨ ਨਹੀਂ ਕਰ ਰਿਹਾ ਨੁਕਸਾਨ ਆਰਾਮ ਨਾਲ ਚੱਲ ਅਗਰ ਜੇ ਜਾ ਰਹੇ ਨੇ ਉਹਨਾਂ ਤੇ ਹੁਣ ਅੱਤੇ ਪਿਓ ਵਾਲਾ ਧਰਨਾ ਲਾ ਕੇ ਬੈਗੀ ਆਪਣਾ ਜੇ ਦਿੱਲੀ ਮਾਲ ਨਹੀਂ ਜਾਊਗਾ ਬਾਕੀ ਸ਼ਹਿਰਾਂ 'ਚ ਮਾਲ ਨਹੀਂ ਜਾਊਗਾ ਮੈਂ ਨਾ ਪਿਓ ਪਾਊਗਾ ਮੇਰੇ ਵਪਾਰ ਦਾ ਨੁਕਸਾਨ ਹੋ ਰਿਹਾ ਮੈਂ ਤਾਂ ਟੈਨਸ਼ਨ ਇਸ 300 ਪਈ ਆ ਪਈ ਹੀ ਆ ਮੇਰੇ ਕੰਮ ਕਾਜ ਦਾ ਨੁਕਸਾਨ ਹੋ ਰਿਹਾ ਈ ਕੱਲੂ ਮੇਰਾ ਕੰਮ 10 ਦਿਨ ਨਾ ਚੱਲਿਆ ਜਿਹੜੀ ਮੇਰੀ ਬੈਂਕ ਦੀ ਕਿਸ਼ਤ ਹੈ ਜਿਹੜੇ ਮੇਰੇ ਘਰ ਦੀ ਲੋਨ ਦੀ ਕਿਸ਼ਤ ਹੈ ਉਹ ਕੋਣ ਉਤਾਰੇਗਾ ਜਿਹੜੀ ਮੇਰੀ ਕਾਰ ਦੀ ਕਿਸ਼ਤ ਹੈ ਉਹ ਉਹਨੂੰ ਉਤਾਰੇਗਾ ਮੈਂ ਤਾਂ ਟੈਨਸ਼ਨ ਇਸ ਚੀਜ਼ ਦੀ ਹੈ ਕਿਸਾਨ ਕਮਜ਼ੋਰ ਕੀਤਾ ਮੈਨੂੰ ਗੱਲ ਦੱਸੋ ਜਰਾ ਇੱਕ ਮਿੰਟ ਸੁਣੋ ਨਾ ਹੁਣ ਜਿਹੜੇ ਉੱਥੇ ਟਰੈਕਟਰ ਪਹੁੰਚੇ ਆ ਮੋਟੀਵੇਟ ਹੋ ਕੇ ਪਹੁੰਚੇ ਆ ਜਿਹੜਾ ਜਿਹੜਾ ਟਰੈਕਟਰ ਹੈ ਮੋਡੀਫਾਈਡ ਹੋ ਕੇ ਮੋੜੇ ਮੋਡੀਫਾਈਡ ਹੋਇਆ ਆ ਯਾਰ ਮੋਡੀਫਾਈਡ ਹੋ ਤਾਂ 10 ਵੀ 30 40 50 ਹਜ਼ਾਰ ਰੁਪਏ ਲੱਗਦਾ ਕਿ ਨਹੀਂ ਲੱਗਦਾ ਤੁਹਾਡੇ ਮੁੰਡੇ ਨੇ ਗੱਡੀ ਮੋਡੀਫਾਈਡ ਕਰਾਈ ਮੇਰੇ ਨੇ ਕਰਾਈ ਉਹ ਉੱਥੇ ਲੈਪੇਰੇ ਨਹੀਂ ਹੁੰਦੀਆਂ ਭਈਆਂ ਸਰਵਿਸ ਨਹੀਂ ਹੁੰਦੀ ਭਈ ਸਾਨਾ ਵੱਲੋਂ ਤਾਂ ਰਸਤੇ ਬੰਦ ਨਹੀਂ ਕੀਤੇ ਗਏ ਸਰਕਾਰ ਵੱਲੋਂ ਕੀਤੇ ਗਏ ਨੇ ਬੈਰੀਕੇਡ ਲਗਾਏ ਗਏ ਨੇ ਪੱਥਰ ਇਮਾਰਤਾਂ ਲਗਾਈਆਂ ਜਾਂਦੇ ਪੱਥਰ ਸੁੱਥੇ ਗਏ ਨੇ ਇੱਕ ਮਿੰਟ ਸਰਕਾਰਾਂ ਇਹਨਾਂ ਨੂੰ ਨੱਚ ਲਈ ਭੇਜ ਦੇ ਦਾਰਤੀ ਉੱਥੇ ਲਾਲ ਕਿਲੇ ਤੇ ਐ ਜਾ ਕੇ ਲਾਲ ਕਿਲੇ ਤੇ ਨੱਚਣ ਇਹ ਜਿੱਦਾਂ ਪਹਿਲਾਂ ਨੱਚ ਸੀ ਤਾਂ ਕਿ ਸਾਡੇ ਪੂਰੇ ਵਰਲਡ ਦੇ ਵਿੱਚ ਸਾਡੀ ਜਿਹੜੀ ਰਾਜਧਾਨੀ ਹੈ ਉਹ ਬਦਨਾਮ ਹੋਵੇ ਵਾਹ ਜੀ ਵਾਹ ਇੱਕ ਛਾਨੀ ਅੰਦੋਲਨ ਹੈ ਕਿ ਖਾਲੀ ਸਪੱਤ ਪਹਿਲਾਂ ਤਾਂ ਤੁਸੀਂ ਸਾਨੂੰ ਇਹ ਚੀਜ਼ ਪਤਾ ਕਰਕੇ ਦੱਸੋ ਇਹ ਵੀ ਕਹਿਣਾ ਕਿ ਦਿੱਲੀ ਸਾਡੀ ਵੀ ਆ ਸਾਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ ਜਾਂਦਾ ਕਿਉਂ ਰੋਕ ਲਿਆ ਜਾਂਦਾ ਇਹ ਰੋਲਾ ਪੰਦੇ ਆ ਵੀ ਅਸੀਂ 18 ਵਾਰ ਜਿੱਤੀ ਅਸੀਂ 19 ਵਾਰ ਜਿੱਤੀ ਜੇ ਜਿੱਤੀ ਹੈ ਜੇ ਤੁਹਾਡੀਆਂ ਵਿੱਚ ਜਿੱਤਣ ਦਾ ਕੀ ਮਤਲਬ ਤੁਸੀਂ ਆਪਣੇ ਘਰ ਨੂੰ ਜਿੱਤਣ ਜਾਂਦੇ ਹੋ ਤੁਹਾਡਾ ਇਹ ਘਰ ਹੈ ਤੁਸੀਂ ਘਰੇ ਸ਼ਾਮ ਨੂੰ ਜਾਂਦੇ ਹੋ ਕਿ ਘਰ ਜਾ ਕੇ ਜਨਾਨੀ ਨੂੰ ਕਹਿੰਦੇ ਮੈਂ ਘਰ ਜਿੱਤਿਆ ਮੋਤੀ ਕੋ ਗਲਤੀ ਕਰ ਗਿਆ ਜਦੋਂ ਤੱਲੇ ਲਈ ਕਾਰ ਕਾਰ ਲੈ ਲਈ ਹੋਰ ਵੱਡੀ ਕਾਰ ਲੈ ਲਈ ਔਰ ਉਹ ਤਾਂ ਜੱਟ ਆ ਜਦੋਂ ਲੋਨ ਮਾਫ ਕਰਾਣੋਂ ਰੁਕਸਾਣਾ ਦੱਚ ਰਾਗਨੀ ਜੀ ਦੇਖ ਰਹੇ ਹੋ ਤੁਸੀਂ ਮੈਂ ਵਿੱਕੀ ਜ਼ਰਖਰ ਤੁਹਾਡਾ ਸਵਾਗਤ ਕਰਦਾ ਹਾਂ ਇੱਕ ਵਾਰ ਫੇਰ ਕਿਸਾਨ ਦਿੱਲੀ ਵੱਲ ਵਧ ਰਹੇ ਨੇ ਦਿੱਲੀ ਨੂੰ ਕੁਝ ਕਰ ਰਹੇ ਨੇ ਜੇ ਗੱਲ ਕਰ ਲਈਏ ਕਿਸਾਨੀ ਅੰਦੋਲਨ ਦੀ 3 ਸਾਲਾਂ ਬਾਅਦ ਫੇਰ ਕਿਸਾਨ ਦਿੱਲੀ ਵੱਲ ਵਧ ਰਹੇ ਨੇ ਮੰਗਾ ਮੰਗ ਰਹੇ ਨੇ ਕੇਂਦਰ ਸਰਕਾਰ ਤੋਂ ਕਿ ਸਾਡੀਆਂ ਜਿਹੜੀਆਂ ਬਾਜ਼ਮ ਮੰਗਾਂ ਨੇ ਉਹ ਪੂਰੀਆਂ ਕੀਤੀਆਂ ਜਾਣ ਪਰ ਕਿਤੇ ਨਾ ਕਿਤੇ ਸੁਰਖੀਆਂ ਦੇ ਵਿੱਚ ਹਮੇਸ਼ਾ ਰਹਿਣ ਵਾਲੇ ਸ਼ਿਵਸੈਨਾ ਆਗੂ ਰਜ਼ੀਬ ਟੰਡਨ ਅੱਜ ਮੀਡੀਆ ਦੇ ਸਾਹਮਣੇ ਆਏ ਨੇ ਉਹਨਾਂ ਦਾ ਕਿਤੇ ਨਾ ਕਿਤੇ ਕਿਸਾਨਾਂ ਦਾ ਬ੍ਰੋਧ ਕਰਦੇ ਨਜ਼ਰ ਆਏ ਨੇ ਸਵਾਗਤ ਹੈ ਜੀ ਤੁਹਾਡਾ ਸასი ਕਾਲ ਕੀ ਕਹਿਣਾ ਚਾਹੋਗੇ ਜੀ ਜੈ ਕਰਮਵੀਰ ਬਜਰੰਗੇ ਹਰ ਮਹਾਦੇਵ ਜੇ ਆਪਾਂ ਦੇਖਿਆ ਜਾਵੇ ਅੱਜ ਤੋਂ 3 ਸਾਲ ਪਹਿਲਾਂ ਕਿਸਾਨਾਂ ਵੱਲੋਂ ਦਿੱਲੀ ਵੱਲ ਕੂਚ ਕੀਤਾ ਗਿਆ ਸੀਗਾ ਹੁਣ ਫੇਰ ਕਿਸਾਨ ਆਪਣੀਆਂ ਮੰਗਾਂ ਲੈ ਕੇ ਸੈਂਟਰ ਸਰਕਾਰ ਕੋਲੇ ਜਾ ਰਹੇ ਨੇ ਦਿੱਲੀ ਨੂੰ ਦਿੱਲੀ ਵੱਲ ਵੱਧ ਰਹੇ ਨੇ ਕੀ ਕਹਿਣਾ ਚਾਹੋਗੇ ਮੇਰੇ ਵਪਾਰ ਦਾ ਨੁਕਸਾਨ ਹੋ ਰਿਹਾ ਮੈਨੂੰ ਤਾਂ ਟੈਨਸ਼ਨ ਇਸ ਸਤਿ ਸਪਈਆ ਪਈ ਹੋਈ ਆ ਮੇਰੇ ਕੰਮ ਕਾਜ ਦਾ ਨੁਕਸਾਨ ਹੋ ਰਿਹਾ ਮੈਨੂੰ ਟੈਨਸ਼ਨ ਇਹ ਆ ਵੀ ਮੇਰੀ ਫੈਕਟਰੀ ਇੱਕ ਦਿਨ ਬੰਦ ਰਹਿ ਗਈ ਮੇਰੇ ਦੋਸਤ ਦੀ ਫੈਕਟਰੀ ਇੱਕ ਦਿਨ ਬੰਦ ਰਹਿ ਗਈ ਕਿਸੇ ਦਾ ਕਾਰਖਾਨਾ ਛੋਟਾ ਇੱਕ ਦਿਨ ਬੰਦ ਰਹਿ ਗਿਆ ਉਹਦਾ ਨੁਕਸਾਨ ਦੀ ਪਰਵਾਹੀ ਕੌਣ ਕਰੇਗਾ ਮੈਨੂੰ ਤਾਂ ਟੈਨਸ਼ਨ ਇਸ ਗੱਲ ਦੀ ਆ ਵੀ ਕੱਲ੍ਹ ਨੂੰ ਮੇਰਾ ਕੰਮ 10 ਦਿਨ ਨਾ ਚੱਲਿਆ ਜਿਹੜੀ ਮੇਰੀ ਬੈਂਕ ਦੀ ਕਿਸ਼ਤ ਆ ਜਿਹੜੇ ਮੇਰੇ ਘਰ ਦੀ ਲੋਨ ਦੀ ਕਿਸ਼ਤ ਆ ਉਹ ਕੌਣ ਉਤਾਰੇਗਾ ਜਿਹੜੀ ਮੇਰੀ ਕਾਰ ਦੀ ਕਿਸ਼ਤ ਆ ਉਹ ਕੋ ਨੂੰ उतारेगा मेनता टेंशन ਇਸ ਚੀਜ਼ ਦੀ ਹੈ ਫਿਰ ਮੰਨ ਲੈਣੀਆਂ ਚਾਹੀਦੀ ਨੇ ਮੰਗਾ ਸੈਂਟਰ ਸਰਕਾਰ ਨੂੰ ਕਿਸਾਨਾਂ ਦੀ ਉਹਨਾਂ ਦਾ ਵੀ ਤਾਂ ਨੁਕਸਾਨ ਹੁੰਦਾ ਉਹਨਾਂ ਦਾ ਵੀ ਨੁਕਸਾਨ ਹੋ ਰਿਹਾ ਇਹਨਾਂ ਦਾ ਨੁਕਸਾਨ ਹੋ ਰਿਹਾ ਕਿਸਾਨਾਂ ਦਾ ਕਾਹਦਾ ਨੁਕਸਾਨ ਹੋ ਰਿਹਾ ਸਬਸਿਡੀਆਂ ਉਹਨਾਂ ਨੂੰ ਮਿਲਦੀਆਂ ਉਹ ਯਾਰਾਂ ਤੇ 70 70% ਸਟੈਂਪ ਡਿਊਟੀ ਉਹਨਾਂ ਨੂੰ ਨਹੀਂ ਲੱਗਦੀ ਬਿਜਲੀ ਉਹਨਾਂ ਨੂੰ ਮੁਫਤ ਹੈ ਪਾਣੀ ਉਹਨਾਂ ਨੂੰ ਮੁਫਤ ਹੈ ਐ ਸਟੈਂਪ ਉਹ ਕੀ ਕਹਿੰਦਾ ਟਰੈਕਟਰਾਂ ਤੇ ਸਬਸਿਡੀਆਂ ਉਹਨਾਂ ਨੂੰ ਮਿਲਦੀਆਂ ਹੋਰ ਉਹਨਾਂ ਨੂੰ ਕੀ ਚਾਹੀਦਾ ਲੋਨ ਕਰਜ਼ੇ ਮਾਫ ਹੋਣਾ ਦਾ ਹਰ ਕੋਈ ਨਾ ਕੋਈ ਸਰਕਾਰ ਰਵੇ ਹਰ ਸਾਲ ਹੋ ਜਾਂਦੇ ਆ ਉਹਨਾਂ ਨੂੰ ਕਾਹਦਾ ਘਾਟਾ ਘਾਟਾ ਦਾ ਸਾਨੂੰ ਆਉਦਰੀ ਵਾਲਿਆਂ ਨੂੰ ਐ ਮਿਹਨਤ ਕਰੀਦੀ ਐ ਸਵੇਰੇ ਉੱਠ ਕੇ ਪ੍ਰੈਸਾਂ ਵੀ ਆਪ ਕਰਨੀਆਂ ਧਾਗੇ ਵੀ ਕੱਟਣੇ ਆ ਮਾਲ ਵੀ ਬੈਕ ਕਰਨੇ ਆ ਜਿਹੜਾ ਸਾਡਾ ਘਾਟਾ ਪੈਂਦਾ ਜਿਹੜੇ ਸਾਡੇ ਐਨਪੀ ਅਕਾਊਂਟ ਹੁੰਦੇ ਉਦੋਂ ਤਾਂ ਸਾਡੇ ਕਰਜ਼ੇ ਮਾਫੜੀ ਹੁੰਦੇ ਉਦੋਂ ਕਿਹਣੀ ਹੁੰਦਾ ਫਿਰ ਆ ਹੁਣ ਅੱਤੇ ਪਿਓ ਵਾਲਾ ਧਰਨਾ ਲਾ ਕੇ ਬੈਗੇ ਆ ਆਪਣਾ ਸਾਡਾ ਜਿਹੜਾ ਮਾਲ ਬਣਿਆ ਪਿਆ ਉਹ ਕਿੱਥੇ ਜਾਊਗਾ ਜੇ ਦਿੱਲੀ ਮਾਲ ਨਹੀਂ ਜਾਊਗਾ ਬਾਕੀ ਸ਼ਹਿਰਾਂ 'ਚ ਮਾਲ ਨਹੀਂ ਜਾਊਗਾ ਤੈਨਾਂ ਦਾ ਪਿਓ ਪਾਊਗਾ ਸ਼ਾਂਤਮਈ ਧਰਨਾ ਚੱਲ ਰਿਹਾ ਸ਼ਾਂਤਮਈ ਚੱਲ ਸ਼ਾਂਤਮਈ ਧਰਨਾ ਕੋਈ ਨੁਕਸਾਨ ਨਹੀਂ ਕਰ ਰਿਹਾ ਕਿਸਾਨ ਆਰਾਮ ਨਾਲ ਚੱਲ ਰਹੇ ਨੇ ਅਗਰ ਜੇ ਜਾ ਰਹੇ ਨੇ ਉਹਨਾਂ ਤੇ ਅਥਰੂ ਗੋਲੇ ਸੁੱਟੇ ਜਾ ਰਹੇ ਨੇ ਗੋਲੀਆਂ ਚਲਾਈਆਂ ਜਾ ਰਹੀ ਨੇ ਪਲਾਸਟਿਕ ਦੀਆਂ ਕਿਸਾਨ ਤਾਂ ਆਪਣੀਆਂ ਮੰਗਾ ਮੰਨ ਸਰਕਾਰ পাগল ਸਰਕਾਰ ਤੁਸੀਂ ਪੰਗਾ ਲਓਗੇ ਸਰਕਾਰ ਲਾਠੀ ਚਾਰਚ ਕਿਉਂ ਨਹੀਂ ਕਰੂਗੀ ਤੁਸੀਂ ਜਾ ਕੇ ਸਰਕਾਰ ਨਾਲ ਪੰਗਾ ਲਓਗੇ ਤੁਸੀਂ ਸ਼ਾਂਤਮਈ ਧਰਨਾ ਬੈਠੇ ਹੋ ਨਾ ਜਿੱਥੇ ਤੁਹਾਨੂੰ ਰੋਕੇ ਉੱਥੇ ਬੈਠੋ ਮੇਰੇ ਘਰ ਮੇਰੇ maal ਬਣਿਆ ਪਿਆ ਮੇਰਾ maal ਅਗਰ ਬਾਰਡਰ ਪਾਸ ਸ਼ੰਭੂ ਪਾਰ ਪਾਰ ਕਰਕੇ ਹਰਿਆਣੇ ਚ ਨਹੀਂ ਜਾਊਗਾ ਦਿੱਲੀ ਨਹੀਂ ਜਾਊਗਾ ਹੁਸ਼ਿਆਰਾਂ ਚ ਨਹੀਂ ਜਾਊਗਾ ਤਾਂ ਮੇਰੇ ਨੁਕਸਾਨ ਦਾ ਜ਼ਿੰਮੇਵਾਰ ਕੌਣ ਹੋਊਗਾ ਸਵਾਲ ਹੈ ਕਿਸਾਨਾਂ ਵੱਲੋਂ ਤਾਂ ਰਸਤੇ ਬੰਦ ਨਹੀਂ ਕੀਤੇ ਗਏ ਸਰਕਾਰ ਵੱਲੋਂ ਕੀਤੇ ਗਏ ਨੇ ਬੈਰੀਗੇਡ ਲਗਾਏ ਗਏ ਨੇ ਪੱਥਰ ਇਮਾਰਤਾਂ ਲਗਾਈਆਂ ਜਾਂਦੇ ਨੇ ਪੱਥਰ ਰੱਖੇ ਗਏ ਨੇ ਇੱਕ ਮਿੰਟ ਸਰਕਾਰਾਂ ਇਹਨਾਂ ਨੂੰ ਨੱਚ ਲਈ ਭੇਜ ਦੇ ਤਾਂ ਆਰਤੀ ਉੱਤੇ ਲਾਲ ਕਿਲੇ ਤੇ ਐ ਜਾ ਕੇ ਲਾਲ ਕਿਲੇ ਤੇ ਨੱਚਣ ਇਹ ਜਿਦਾ ਪਹਿਲਾਂ ਨੱਚ ਸੀ ਤਾਂ ਕਿ ਸਾਡੇ ਪੂਰੇ ਵਰਲਡ ਦੇ ਵਿੱਚ ਸਾਡੀ ਜਿਹੜੀ ਰਾਜਧਾਨੀ ਹੈ ਉਹ ਬਦਨਾਮ ਹੋਵੇ ਵਾਹ ਜੀ ਵਾਹ ਅਗਲਾ ਕਮੇ ਕਿਹੜੀ ਸੁਰੱਖਿਆ ਕਰ ਰਹੀ ਹੈ ਇਹ ਭਾਰਤ ਸਰਕਾਰ ਭਗਵੰਤ ਮਾਨ ਜੀ ਦੀ ਸਰਕਾਰ ਆਈ ਜੀ 1.5 ਸਾਲ ਹੀ ਹੋਏ ਆਈ ਨੂੰ ਉਹਨਾਂ ਨੇ ਆਂਦੇ 700 ਕਰੋੜ ਦੇ ਲਗਭਗ ਕਰਜ਼ਾ ਮਾਫ ਕਰਤਾ ਜੀ ਕੀ ਇਹਨਾਂ ਨੇ ਭਗਵੰਤ ਮਾਨ ਦੀ ਸਰਕਾਰ ਦੇ ਖਿਲਾਫ ਧਰਨੇ ਲਗਾਉਣੇ ਬੰਦ ਕਰ ਦਿੱਤੇ ਇੱਕ ਲਿਮਿਟ ਹੁੰਦੀ ਹੈ ਹਰ ਚੀਜ਼ ਦੀ ਇੱਕ ਚੀਜ਼ ਦੀ ਲਿਮਿਟ ਹੁੰਦੀ ਹੈ ਵੀ ਤੁਸੀਂ ਬੈਂਕ ਕੋਲੋਂ ਕਰਜ਼ੇ ਲੋ ਤੁਸੀਂ ਉਸ ਪੈਸੇ ਨਾਲ ਐਸ਼ਾ ਕਰੋ ਤੁਸੀਂ ਉਸ ਪੈਸੇ ਨਾਲ ਗੱਡੀਆਂ ਵਧੀਆ 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 ਗੱਡੀਆਂ ਲਵੋ ਤੁਸੀਂ ਉਸ ਪੈਸੇ ਨਾਲ ਬੱਚੇ ਆਪਣੇ ਵਿਦੇਸ਼ਾਂ 'ਚ ਭੇਜ ਦਿਓ ਬਾਅਦ 'ਚ ਕਹੋ ਸਾਡੇ ਕਰਜ਼ੇ ਮਾਫ਼ ਕਰੋ ਐਦਾਂ ਕਿਉਂ ਸਾਡੇ ਕਰਜ਼ੇ ਕਿਉਂ ਨਾ ਮਾਫ਼ ਹੋਣ ਵਪਾਰੀਆਂ ਦੇ ਕਰਜ਼ੇ ਕਿਉਂ ਨਾ ਮਾਫ਼ ਹੋਣ ਫਿਰ ਅੱਜ ਕਿਸਾਨ ਕਹਿੰਦੇ ਆ ਕੱਲੂ ਵਪਾਰੀ ਇਕੱਠੇ ਹੋ ਕੇ ਕਹਿ ਦੇਣਗੇ ਅਸੀਂ ਫੈਕਟਰੀਆਂ ਬੰਦ ਕਰਕੇ ਰੋੜਾਂ 'ਤੇ ਬਹਿ ਗਏ ਅਸੀਂ ਬਾਰਡਰ ਜਾਮ ਕਰਨ ਲੱਗੇ ਆ ਸਾਡੇ ਵੀ ਕਰਜ਼ੇ ਮਾਫ਼ ਕਿਤੇ ਜਾਣ ਦੇਸ਼ ਦੀ ਅਰਥਵਿਵਸਥਾ ਕਿੱਥੇ ਜਾਊਗੀ ਸਵਾਲ ਇਹ ਹੈ ਦੂਜੀ ਗੱਲ ਕਿਸਾਨਾਂ ਨੇ ਆਪਣੀਆਂ ਮੰਗਾਂ ਬਣਾਉਣੀਆਂ ਧਰਨੇ ਲਾਉਂਦੇ ਕਿਤੇ ਹੋਰ ਲਾਉ ਨੇ ਨੇ ਡੀਸੀ ਦਫਤਰਾਂ ਨੂੰ ਰੋਣਾ ਸਰਕਾਰ ਨੂੰ ਮਿਲਣਾ ਡੀਸੀ ਮੰਤralay ਘੇਰ ਲੈਂਦੇ ਮੰਤralay ਘੇਰ ਲੈਂਦੇ ਸਮਝ ਆਂਦੀ ਸੀ ਕਿਸੇ ਡੀਸੀ ਦਫਤਰ ਦੇ ਘੇਰ ਲੈਂਦੇ ਉਹ ਸਮਝ ਆਂਦੀ ਸੀ ਕਿ ਪੰਜਾਬ ਦਾ ਸਿਨੇਰੀਓ ਖਰਾਬ ਕਰਨ ਦੀ ਕੀ ਲੋੜ ਸੀਗੀ ਅੱਜ ਵਪਾਰੀ ਬਾਹਰੋਂ ਨਹੀਂ ਜਾਣਾ ਟਰਾਂਸਪੋਰਟਾਂ ਨੇ ਮਾਲ ਲੈਣਾ ਮਨਾ ਕਰਤਾ ਵੀ ਅਸੀਂ ਮਾਲ ਹਰਿਆਣੇ ਤੋਂ ਪੰਜਾਬਲੇ ਤੋਂ ਪਾਰ ਨਹੀਂ ਲੈ ਕੇ ਜਾ ਸਕਦੇ ਨੁਕਸਾਨ ਕਿਦਾਂ ਜਵਾਬ ਦਿਓ ਨਾ ਮੇਰੇ ਮੇਰੀ ਫੈਕਟਰੀ 'ਚ 100 ਬੰਦਾ ਕੰਮ ਕਰਦਾ ਥਾਪੁਰ ਸਾਹਿਬ ਦੇ 25 ਬੰਦੇ ਕੰਮ ਕਰਦੇ ਇਹ ਭਾਈ ਸਾਹਿਬ ਦੀ ਫਿਕ ਮਸ਼ੀਨਾ ਖੜ ਗਈਆਂ ਕੱਲ ਤੋਂ ਇਹਨਾਂ ਦੀ ਮਸ਼ੀਨਾ ਖੜ ਗਈ ਇਹਨਾਂ ਦਾ ਮਾਲ ਦਿੱਲੀ ਜਾਂਦਾ ਹੋਰ ਸ਼ਹਿਰਾ ਜਾਂਦਾ ਕੱਲ ਤੋਂ ਇਹਨਾਂ ਦੀ ਮਸ਼ੀਨਾ ਖੜ ਗਈਆਂ ਕਿਤੇ ਨਾ ਕਿਤੇ ਫਿਰ ਵੀ ਸਰਕਾਰ ਨੂੰ ਲਾਰਾ ਨਹੀਂ ਲਾਉਣਾ ਚਾਹੀਦਾ ਜਿਹਦੇ ਗੱਲ ਕਰ ਲਈਏ ਉਥੋਂ ਉਠਾ ਦਿੱਤਾ ਗਿਆ ਸੀ ਲੈ ਦਿੱਤਾ ਗਿਆ ਸੀ ਵੀ ਮੰਗਾ ਮੰਨ ਲਈ ਪਹਿਲਾਂ ਤੁਹਾਨੂੰ ਇੱਕ ਸਵਾਲ ਪੁੱਛਦਾ ਸਭ ਤੋਂ ਪਹਿਲਾਂ ਮੇਰੇ ਇੱਕੋ ਹੀ ਸਵਾਲ ਹੈ ਇਹ ਕਿਸਾਨੀ ਅੰਦੋਲਨ ਹੈ ਕਿ ਖਾਲੀ ਸਤਨੀ ਪਹਿਲਾਂ ਤਾਂ ਤੁਸੀਂ ਸਾਨੂੰ ਇਹ ਚੀਜ਼ ਪਤਾ ਕਰਕੇ ਦੱਸੋ ਅੱਜ ਤੁਹਾਨੂੰ ਵੀਡੀਓ ਦਿਖਾ ਰਹੇ ਹਾਂ ਕੱਲ ਦੀ ਇਹਦੇ ਵਿੱਚ ਤੁਸੀਂ ਦੇਖੋ ਵਿਅਕਤੀ ਕੀ ਕਹਿ ਰਿਹਾ ਏਕੇ 47 ਲੈ ਕੇ ਪੰਜਾਬ ਨੂੰ ਖਾਲਿਸਤਾਨ ਬਣਾਵਾਂਗੇ ਹੁਣ ਇੱਕ ਕਿਸਾਨੀ ਅੰਦੋਲਨ ਹੈ ਕਿ ਖਾਲਿਸਤਾਨੀ ਪਹਿਲਾਂ ਤਾਂ ਇਹ ਕਲੀਅਰ ਕਰਨਾ ਹੈ ਉਹਨਾਂ ਦਾ ਤਾਂ ਇਹ ਵੀ ਕਹਿਣਾ ਕਹਿੰਦੇ ਦਿੱਲੀ ਸਾਡੀ ਵੀ ਆ ਸਾਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ ਜਾਂਦਾ ਕਿਉਂ ਰੋਕ ਲਿਆ ਜਾਂਦਾ ਜਦੋਂ ਇਹ ਕਹਿੰਦੇ ਦਿੱਲੀ ਸਾਡੀ ਹੈ ਫਿਰ ਇਹ ਬਾਰ-ਬਾਰ ਵੜਕਾ ਕੇ ਮਾਰਦੇ ਅਸੀਂ 18 ਵਾਰ ਦਿੱਲੀ ਜਿੱਤੀ ਅਸੀਂ 19 ਵਾਰ ਦਿੱਲੀ ਨਹੀਂ ਜਿੱਤੀ ਜੇ ਦਿੱਲੀ ਸਾਡੀ ਹੈ ਫਿਰ ਉਹਨੂੰ ਜਿੱਤਣ ਦਾ ਕੀ ਮਤਲਬ ਆਇਆ ਇਹ ਰੋਲਾ ਬੰਦੇ ਆ ਵੀ ਅਸੀਂ 18 ਵਾਰ ਜਿੱਤੀ ਅਸੀਂ 19 ਵਾਰ ਜਿੱਤੀ ਜੇ ਜਿੱਤੀ ਹੈ ਜੇ ਤੁਹਾਡੀਆਂ ਵਿੱਚ ਜਿੱਤਨ ਦਾ ਕੀ ਮਤਲਬ ਤੁਸੀਂ ਆਪਣੇ ਘਰ ਨੂੰ ਜਿੱਤਣ ਜਾਂਦੇ ਹੋ ਤੁਹਾਡਾ ਇਹ ਘਰ ਹੈ ਤੁਸੀਂ ਘਰੇ ਸ਼ਾਮ ਨੂੰ ਜਾਂਦੇ ਹੋ ਕੀ ਘਰ ਜਾ ਕੇ ਜਨਾਨੀ ਨੂੰ ਕਹਿੰਦੇ ਮੈਂ ਘਰ ਜਿੱਤਿਆ ਠੀਕ ਆ ਠੀਕ ਆ ਜੇ ਗੱਲ ਕਰ ਲਈ ਕਿਸਾਨਾਂ ਦੀ ਸਵੇਰੇ ਉੱਠ ਖੜਦੇ ਨੇ ਕਿਸਾਨ ਜਲਦੀ ਉੱਠ ਖੜਦੇ ਨੇ ਫਸਲ 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 ਖਜ਼ਾਨੀ ਫਸਲ ਕਿਸਾਨੀ ਦਾ ਜੇਕਰ ਖੇਤ ਨਾ ਰਹੇ ਪੰਜਾਬ ਦੇ ਵਿੱਚ ਖਾਣ ਨੂੰ ਕੀ ਰਹੇਗਾ ਕੁਛ ਨਹੀਂ ਕੁਛ ਨਹੀਂ ਹੈਗਾ ਇਹ ਗੱਲ ਤੇ ਕੀ ਖਾਵਾ ਲੇ ਕੀ ਹੋਗਾ ਮਾਜੇ ਕੀ ਖਾਵਾ ਲੇ ਕੀ ਹੋਗਾ ਮਾਜੇ ਟੈਕਸ ਪੀਣਾ ਰਹੀਆਂ ਕੋ ਡੈਂਗਾ ਨਾ ਰਹੀਆਂ ਕਪੜਾ ਪਾਣ ਚ ਕੀ ਰਹੂਗਾ ਟੈਕਸ ਕੌਣ ਦਊਗਾ ਟੈਕਸ ਕੌਣ ਦਊਗਾ ਦੇਸ਼ ਕਿੱਦਾਂ ਚੱਲੂਗਾ ਪਾਣੀ ਕਿੱਥੋਂ ਮਿਲੂਗਾ ਇਹਨਾਂ ਦੇ ਕਰਜ਼ੇ ਮਾਫ ਕੌਣ ਕਰੂਗਾ ਜੇਕਰ ਵਪਾਰੀ ਟੈਕਸ ਨਾਲ ਵਪਾਰ ਹੀ ਨਾ ਰਿਹਾ ਅਗਰ ਵਪਾਰ ਹੀ ਨਾ ਰਿਹਾ ਇਹਨਾਂ ਦੇ ਕਰਜ਼ੇ ਮਾਫ ਇਹਨਾਂ ਦਾ ਵਪਾਰ ਹੀ ਨਾ ਰਿਹਾ ਵਪਾਰ ਨਹੀਂ ਹੋਊਗਾ ਪੈਸੇ ਨਹੀਂ ਹੋਊਗਾ ਇਹਨਾਂ ਦੇ ਕਣ ਖਰੀਦੂਗਾ ਕੌਣ ਇਹ ਵੀ ਦੱਸ ਦਿਓ ਪੈਸੇ ਕਮਾਵਾਂਗੇ ਤਾਂ ਖਰੀਦਾਂਗੇ ਦੂਜੀ ਗੱਲ ਅਗਰ ਵਪਾਰ ਨਾ ਰਿਹਾ ਮੈਂ ਟੈਕਸ ਸਰਕਾਰ ਨੂੰ ਕਿੱਥੋਂ ਦਊਂਗਾ ਅਗਰ ਟੈਕਸ ਵੀ ਦਊਂਗਾ ਤਾਂ ਇਹਨਾਂ ਦੇ ਕਰਜ਼ੇ ਮਾਫ ਕੌਣ ਕਰੂਗਾ ਇਹਨਾਂ ਨੂੰ ਬਿਜਲੀ ਫ੍ਰੀ ਕੌਣ ਦਊਗਾ ਮੁਫਤ ਦਾ ਮਾਲ ਆਪਾਂ ਖਾ ਰਹੇ ਆ ਨਾਲੇ ਮਾਲ ਖਾ ਰਹੇ ਨਾਲੇ ਗੜਾ ਕੱਢ ਰਹੇ ਆ ਆਪਾਂ ਮਾਲ ਵੀ ਖਾ ਰਹੇ ਆ ਗੜਾ ਵੀ ਕੱਢ ਰਹੇ ਆ ਕਿਹੜੇ ਮਾਲ ਦੀ ਗੱਲ ਕਰ ਰਹੇ ਹੋ ਤੁਸੀਂ ਕਿਹੜਾ ਮੁਫਤ ਮਾਲ ਫ੍ਰੀ ਦੀ ਬਿਜਲੀ ਫ੍ਰੀ ਦਾ ਪ ਕਰਦੇ ਆ ਮਾਫੀਆ ਫਿਰ ਉਹਨਾਂ ਨੂੰ ਕਹਾਂ ਫਿਰ ਆਪਾਂ ਕਾਰ ਵੀ ਕਰਦੇ ਸਰਕਾਰ ਵੱਲੋਂ ਕੀਤਾ ਗਿਆ ਜੀ ਤੁਸੀਂ ਨੇ ਇੱਕ ਗੱਲ ਬਹੁਤ ਕਹਿੰਦੇ ਹੋ ਵੀ ਕਿਸਾਨ ਸਵੇਰੇ ਖੇਤਾਂ 'ਚ ਜਾਂਦਾ ਜੀ ਬਹੁਤ ਮਿਹਨਤ ਕਰਦਾ ਵਾ ਤੁਸੀਂ ਨਾ ਕਦੇ ਡੈਂਗ 'ਚ ਜਾਈਓ ਜਦੋਂ ਆਪਾਂ ਪੱਠੀ ਬਾਲਦੇ ਆ ਨਾ ਡੈਂਗ ਦੇ ਵਿੱਚ ਸੂਰਜ ਤੋਂ ਜ਼ਿਆਦਾ ਤਪਤ ਹੁੰਦੀ ਆ ਉਹਦੀ ਜਦੋਂ ਤਪਤ ਪੈਂਦੀ ਆ ਨਾ ਵਿਅਕਤੀ ਕੋ ਝੱਲ ਨਹੀਂ ਹੁੰਦੀ ਕਦੇ ਉੱਥੇ ਵੀ ਬਹਿ ਕੇ ਦੇਖਿਓ ਕੱਪੜਾ ਕਿਸ ਤਰ੍ਹਾਂ ਡੈਂਗ ਹੁੰਦਾ ਉਹ ਵੀ ਮਿਹਨਤਾਂ ਹੁੰਦੀਆਂ ਉਹ ਵੀ ਮਿਹਨਤਾਂ ਸਟੀਮ ਪ੍ਰੈਸ ਕਰ ਲਗੇ ਮੈਂ ਖੁਦ ਕਰਦਾ ਸਟੀਮ ਪ੍ਰੈਸ ਮੂੰਹ ਲਾਲ ਹੋ ਜਾਂਦਾ ਬੱਸ ਹੋ ਜਾਂਦੀ ਹੈ ਸਾਬ ਜਿਹੜੀ ਲੋਹੇ ਦੀ ਇੰਡਸਟਰੀ ਚੱਲਦੀ ਨਾ ਪੱਟੀਆਂ ਚੱਲਦੀਆਂ ਕਿਉਂ ਚੱਲਦੀਆਂ ਪੱਟੀਆਂ ਚੱਲਦੀਆਂ ਲੋਹਾ ਗਾਲਦੀਆਂ ਬੋਲ ਖੜ ਕੇ ਤਾਂ ਦੇਖਣ ਗੱਲਾਂ ਹਰ ਕੰਮ ਚ ਮਿਹਨਤ ਹੈ ਇਹਨਾਂ ਕੋਈ ਕਿਸਾਨ ਮਿਹਨਤ ਕਰਦਾ ਵਪਾਰੀ ਵੀ ਮਿਹਨਤ ਕਰਦਾ ਵਪਾਰ ਅਗਰ ਇੱਕ ਦਿਨ ਫੈਕਟਰੀ ਬੰਦ ਹੋ ਗਈ ਨਾ ਉਹਦੀ ਕਿਸ਼ਤ ਕਿ ਨਹੀਂ ਜਾਂਦੀ ਵੀ ਦਿੰਦੀ ਆਹ ਕਿਸ਼ਤ ਚੜ ਗਈ ਇਹਨਾਂ ਦੀ ਕਿਹੜੀ ਕਿਸ਼ਤ ਹੈ ਇਹਨਾਂ ਦੀ ਕਿਹੜੀ ਕਿਸ਼ਤਾ ਦੱਸਣ ਮੈਨੂੰ ਦੇਣੀ ਨਹੀਂ ਆਪਾਂ ਧਰਨਾ ਲੈ ਲੈਣਾ ਆਪਾਂ ਰੋ ਰੋਕ ਲੈਣਾ ਲੋਕ ਜੇ ਕੋਈ ਵਿਚਾਰੇ ਦਾ ਬਿਮਾਰ ਆ ਕੋਈ ਐਂਬੂਲੈਂਸ ਆ ਰਹੀ ਹੈ ਕੋਈ ਕੋਲ ਆਪਾਂ ਸੜਕਾਂ ਤੇ ਧਰਨੇ ਲਾ ਲੈਨੇ ਬਦਮਾਸ਼ ਬਣਿਆ ਹੋਇਆ ਨਕਲੀ ਕਿਸਾਨ ਸਵੇਰੇ ਉੱਠ ਕੇ ਨਾ ਹਰ ਇੱਕ ਫੈਕਟਰੀ ਵਾਲੇ ਨੇ ਪਹਿਲਾਂ ਇਹ ਚੀਜ਼ ਦੇਖਣੀ ਆ ਕਿ ਮੈਂ ਅੱਜ ਬੈਂਕ ਦੀ ਕਿਸ਼ਤ ਕੱਢਣੀ ਆ ਪਹਿਲਾਂ ਮੈਂ ਉਹਦੀ ਕਮਾਈ ਕਰਨੀ ਆ ਫਿਰ ਮੈਂ ਫੈਕਟਰੀ ਦਾ ਕਿਰਾਇਆ ਕੱਢਣਾ ਫਿਰ ਮੈਂ ਦੁਕਾਨ ਦਾ ਕਿਰਾਇਆ ਕੱਢਣਾ ਅੱਜ ਦਿੱਲੀ 3.5 ਘੰਟੇ ਆ 3.5 ਘੰਟੇ ਜੀ ਬੰਦਾ ਦਿੱਲੀ ਪਹੁੰਚਦਾ ਤਿੰਨ ਦਿਨਾਂ ਚ ਮਾਲ ਪਹੁੰਚ ਰਿਹਾ ਤਿੰਨ ਦਿਨਾਂ ਚ ਪੇਮੈਂਟ ਕਿੱਥੋਂ ਲਵਾਂਗੇ ਪੈਸੇ ਦੱਸੋ ਕਿੱਥੋਂ ਲਵਾਂਗੇ ਟ੍ਰਾਂਸਪੋਰਟ ਮਾਲ ਲੈ ਰਹੀ ਹੈ ਟ੍ਰਾਂਸਪੋਰਟ ਮਾਲ ਨਹੀਂ ਲੈ ਰਹੀ ਟ੍ਰਾਂਸਪੋਰਟ ਕਹਿੰਦੀ ਆ ਕਿ ਤੁਸੀਂ ਮਾਲ ਨਹੀਂ ਲੈਣਾ ਜੇ ਮਾਲ ਲਵਾਂਗੇ ਤੇ ਦੇਖਾਂਗੇ ਵੀ ਕਦੋਂ ਤੁਹਾਡਾ ਮਾਲ ਪਹੁੰਚੂਗਾ ਦੱਸੋ ਨਾ ਅਸੀਂ ਕਿੱਥੋਂ ਪੈਸੇ ਲਈਏ ਅਸੀਂ ਬੈਂਕਾਂ ਦੀ ਕਿਸ਼ਤ ਕਿੱਥੋਂ ਦਈਏ ਅਸੀਂ ਫੈਕਟਰੀ ਦੇ ਕਿਰਾਏ ਕਿੱਥੋਂ ਦਈਏ ਅਸੀਂ ਤਾਂ ਮਰ ਜਾਾਂਗੇ ਸਾਡਾ ਸਾਡਾ ਕੌਣ ਕਰਜ਼ਾ ਮਾਫ਼ ਕਰੂਗਾ ਇਹ ਤਾਂ ਬੈਗੇ ਅੰਦੋਲਨ ਕਰਕੇ ਜਾਂ ਫਿਰ ਅਸੀਂ ਵੀ ਉਪਾਰੀ ਇਕੱਠੇ ਹੋਈਏ ਫਿਰ ਜਾ ਕੇ ਅਸੀਂ ਵੀ ਅੰਦੋਲਨ ਕਰੀਏ ਕਿ ਦੇਸ਼ ਦਾ ਸਾਰਾ ਮਾਹੌਲ ਹੀ ਖਰਾਬ ਕਰ ਦਈਏ ਸਭ ਦਾ ਹੱਕ ਆ ਵਪਾਰੀ ਕਿਉਂ ਪਹਿਲਾਂ ਸਾਨੂੰ ਇਹਦਾ ਪਹਿਲਾ ਅੰਦੋਲਨ ਖਾ ਗਿਆ ਫਿਰ ਸਾਨੂੰ ਕਰੋਨਾ ਖਾ ਗਿਆ ਹੁਣ ਅਸਲੇ ਫੇਰ ਆ ਕੇ ਸਾਨੂੰ ਖਾਣ ਦੱਸੋ ਕਰੀਏ ਕਿੱਥੇ ਮਰੀਏ ਜਾ ਕੇ ਇਹਨਾਂ ਦੀ ਖੇਤੀ ਦਾ ਨਹੀਂ ਬੰਦ ਹੋਈ ਕਰੋਨੇ ਚ ਸਾਡੇ ਕਾਰਖਾਨੇ ਬੰਦ ਸੀ ਇਹਨਾਂ ਦੇ ਵਿੱਚ ਛੋਣਾ ਬੀਜ ਆਇਆ ਹੁਣ ਵਿਲੇ ਦੇ ਅਵੇਲਰ ਵੇਲੇ ਇਹ ਨਾ ਐਕਚੁਅਲੀ ਨਾ ਵੇਲੜ ਅਨਾਜ ਉਤਪਾਦਕ ਮੋਰਚਾ ਨੇ ਧਰਣਾ ਲਾਇਆ ਉੱਥੇ ਵੇਲੜ ਅਨਾਜ ਉਤਪਾਦਕ ਮੋਰਚਾ ਵੈਸੇ ਪ੍ਰਧਾਨ ਜੀ ਵੈਸੇ ਨਾ ਉੱਥੇ ਵੀ ਇੱਕ ਉਹ ਵੀ ਕਰਨੀ ਚਾਹੀਦੀ ਹੈ ਜਾਂਚ ਮਿੰਤਲ ਕਹਿੰਦੇ ਕਿ ਕਿਸਾਨ ਤਾਂ ਕਰਦਾ ਹੀ ਨਹੀਂ ਉਹਨਾਂ ਖੇਤੀ ਕਹਿੰਦੇ ਸਾਰੀ ਜ਼ਮੀਨੇ ਠੇਕੇ ਤੇ ਦਿੱਤੀਆਂ ਹੋਈਆਂ ਆਪ ਤਾਂ ਕੋਠੀਆਂ 'ਚ ਬਹਿ ਕੇ ਰਾਜ ਕਰਦੇ ਆ ਬਿੱਲ ਫ੍ਰੀ ਆ ਐਸੀ ਚਲਦੇ ਆ ਘਰਾਂ 'ਚ ਉਹ ਕੌਣ ਨੇ ਜਿਹੜੇ ਜਾ ਰਹੇ ਨੇ ਜੇ ਕਿਸਾਨ ਨਹੀਂ ਖੇਤੀ ਨਹੀਂ ਕਰਦੇ ਫਿਰ ਉਹ ਜਿਹਨਾਂ ਨੇ ਕਰਜ਼ੇ ਲੈ ਲਏ ਮੁੰਡੇ ਬਾਹਰ ਭੇਜਤੇ ਘਰਾਂ ਲੈਣੇ ਓ ਮੈਂ ਦਾਦਾ ਮੈਂ ਦਾਦਾ ਕੌਣ ਨੇ ਜਿਹੜੇ ਕਹਿੰਦੇ ਕਿ 47 ਨਾਲ ਖਾਲਸਤਾਨ ਬਣਾਵਾਗੇ ਉਹਨੇ ਉਹ ਲੋਗ ਨੇ ਉਹਨੇ ਉਹ ਤਾਈ ਤਾਂ ਲੋਕਿਆਂ ਨੂੰ ਦੋਲਣ ਬੱਤਾ ਕਰੋ ਦੂਜੇ ਪਾਸੇ ਨਾ ਤੁਸੀਂ ਥੱਪਰ ਤੇ ਕੋਈ ਸੀ ਚੀ ਪੋਲੀਟੀਕਲ ਪਾਰਟੀਆਂ ਦੇ ਲੀਡਰ ਵੀ ਅਨਾਉਂਸਮੈਂਟ ਕਰ ਰਹੇ ਨੇ ਆਜੋ ਬਾਰਡਰ ਤੇ ਘੇਰੋ ਆਓ ਕਿ ਸਾਨੂੰ ਆਜੋ ਜੀ ਤਾਨੂੰ ਤੇਲ ਚਾਹੀਦਾ ਦੇਖੋ 24 ਦੇ ਇਲੈਕਸ਼ਨ ਹੈ ਗੱਲ ਨੂੰ ਸਮਝੋ ਮੋਦੀ ਇੱਕ ਗਲਤੀ ਕਰ ਗਿਆ ਮੋਦੀ ਗਲਤੀ ਕਰ ਗਿਆ 400 ਦੀ ਗੱਲ ਕਹਿ ਗਿਆ ਹੁਣ ਸਾਰੀਆਂ ਪੋਲੀਟੀਕਲ ਪਾਰਟੀਆਂ ਲੱਗੀਆਂ ਮੈਨੂੰ ਪਹਿਲਾਂ ਇਹ ਕਹਿੰਦੇ ਸੀ ਮੋਦੀ ਢਾਲਾ ਹੋਣਾ ਕਹਿੰਦੇ ਮੋਦੀ ਢਾਲਾ ਪਲੇ ਪੋਲੀਟੀਕਲ ਅੰਦੋਲਨ ਦਿਖੇ ਪੋਲੀਟੀਕਲ ਅੰਦੋਲਨ ਸਾਡੇ ਲੁਧਿਆਣਾ ਦੇ ਐਮਪੀ ਬਰਵਦੀਨ ਸਿੰਘ ਬਿੱਟੂ ਜੀ ਵੀ ਅਨਾਉਂਸਮੈਂਟ ਕਰ ਰਹੇ ਨੇ ਪੰਜਾਬ ਦੇ ਕਾਂਗਰਸ ਦੇ ਪ੍ਰਧਾਨ ਵੀ ਅਨਾਉਂਸਮੈਂਟ ਕਰ ਰਹੇ ਨੇ ਵੱਧ ਤੋਂ ਵੱਧ ਰੈਲੀ ਚ ਹਿੱਸਾ ਲੋ ਵੱਧ ਤੋਂ ਵੱਧ ਰਣੀਆਂ ਜੀ ਸਾਲੋ ਕਿਸਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਵੀ ਦੱਸੋ ਤੁਹਾਨੂੰ ਤੇਲ ਚਾਹੀਦਾ ਡੀਜ਼ ਨਾਲੇ ਇਹ ਗੱਲ ਸੁਣੋ ਮੇਰੀ ਗੱਲ ਪਹਿਲਾ ਅੰਦੋਲਨ ਹੋਇਆ ਦੱਲੇਵਾਲ ਜੇ ਉਹ ਸਾਰੇ ਇਲੈਕਸ਼ਨਾਂ 'ਚ ਖੜੇ ਹੋਗੇ ਇਹਨਾਂ ਨੂੰ ਵਿਚਾਰਿਆਂ ਨੂੰ ਮੌਕਾ ਨਹੀਂ ਮਿਲਿਆ ਹੁਣ ਇਹ ਆਪਣਾ ਚਿਹਰਾ ਪਰੋਕੈਸ਼ ਕਰ ਰਹੇ ਆ ਹੁਣ ਇਹ ਵੀ ਖੜੇ ਹੋਣਗੇ ਚਾਰ ਬੋਟਾਂ ਪਈਆਂ ਸੀਗੀਆਂ ਅੰਦੋਲਨ ਕਰਨ ਤੋਂ ਬਾਅਦ ਇਹੀ ਤੁਸੀਂ মিডিਆ ਨੇ ਖਬਰ ਚਲਾਈ ਸੀ ਵੀ ਚਾਰ ਬੋਟਾਂ ਇਹੀ ਖਬਰ ਸੀ ਨਾ ਪ੍ਰਧਾਨ ਜੀ ਚਾਰ ਬੋਟਾਂ ਪਈਆਂ ਸੀਗੀਆਂ ਜੇ ਅੰਦੋਲਨ ਹੀ ਕਰੇ ਮੇਰੀ ਸੱਬਰ ਦੀ ਇਕਲ ਇਕਲ ਹੋਰ 16 ਜਿੱਦਾਂ ਸਾਡੇ ਐਮਪੀ ਸਾਹਿਬ ਜਾਂ ਹੋਰ ਕੌਟੀਕ ਲੀਡਰ ਆਹਵਾਨ ਕਰ ਰਹੇ ਨੇ ਵੀ ਧਰਦੇ ਦੇ ਪਹੁੰਚੋ ਕੀ ਆ ਇਹਨਾਂ ਨੂੰ ਸ਼ਹਿਰਾਂ ਦੀ ਵੋਟਾਂ ਨਹੀਂ ਚਾਹੀਦੀਆਂ ਕੀ ਇਹਨਾਂ ਨੂੰ ਵਪਾਰੀਆਂ ਦੀ ਵੋਟਾਂ ਨਹੀਂ ਚਾਹੀਦੀਆਂ ਨਹੀਂ ਇਹਨਾਂ ਨੂੰ ਸ਼ਹਿਰਾਂ ਦੀਆਂ ਵੋਟਾਂ ਨਹੀਂ ਚਾਹੀਦੀਆਂ ਤੁਹਾਡੇ ਵੀ ਕਿਸਾਨ ਨੌਨ ਚੋਣਾਂਗੇ ਤੁਹਾਡੇ ਵੀ ਜਾਣਕਾਰ ਹੋਣਗੇ ਤੁਸੀਂ ਕਿਉਂ ਨਹੀਂ ਸਮਰਥਨ ਕਰਦੇ ਫਿਰ ਤੁਸੀਂ ਵੀ ਤਾਂ ਪੰਜਾਬ ਦੇ ਹੀ ਰਹਿੰਦੇ ਹੋ ਇਹਨਾਂ ਲੋਕਾਂ ਨੂੰ ਹੋਰਿਆ ਪੂਰਾ ਕਰੂਗੇ ਮੈਂ ਮੈਂ ਕੱਲ ਪੁੱਛਣਾ ਚਾਹਣਾ ਕਾਂਗਰਸ ਨੂੰ ਪੁੱਛਣਾ ਚਾਹਣਾ ਜਿਹੜੇ ਲੋਕ ਆਵਾਜ਼ਕਾਰੇ ਪਹੁੰਚੋ ਕਿ ਆ ਜਿਹੜਾ ਵਪਾਰੀਆਂ ਨੂੰ ਨੁਕਸਾਨ ਹੋਇਆ ਕਿ ਕਾਂਗਰਸ ਪੂਰਾ ਕਰੇਗੀ ਦੂਜੀ ਗੱਲ ਥਾਪਰ ਸਭ ਇੱਕ ਮਿੰਟ ਦੂਜੀ ਗੱਲ ਕਾਂਗਰਸ ਜੇਕਰ ਕਹਿੰਦੀ ਆ ਵੀ ਕਿਸਾਨ ਕਮਜ਼ੋਰ ਹੈ ਮੈਂ ਨਹੀਂ ਮੰਨਦਾ ਕਿਸਾਨ ਕਮਜ਼ੋਰ ਹੈ ਕੁਝ ਕਿਸਾਨ ਕਮਜ਼ੋਰ ਹੋ ਸਕਦੇ ਆ ਜੂਰਤਮੰਦ ਹੋ ਸਕਦੇ ਆ ਸਾਰੇ ਨਹੀਂ ਸਿੱਧੀ ਗੱਲ ਕਾਂਗਰਸ ਨੇ 70 ਸਾਲ ਰਾਜ ਕੀਤਾ ਦੇਸ਼ ਦੇ ਵਿੱਚ ਕਿਉਂ ਨਹੀਂ ਕਿਸਾਨ ਸਮਰਥ ਬਣਾਇਆ ਕਾ ਕਾ ਪਹਿਲਾਂ ਕ ਕਿਸਾਨ ਕਮਜ਼ੋਰ ਕਿਦਾ ਮੈਨੂੰ ਗੱਲ ਦੱਸੋ ਜਰਾ ਇੱਕ ਮਿੰਟ ਸੁਣੋ ਨਾ ਹੁਣ ਜਿਹੜੇ ਉਥੇ ਟਰੈਕਟਰ ਪਹੁੰਚੇ ਆ ਮੋਟੀਵੇਟ ਹੋ ਕੇ ਪਹੁੰਚੇ ਆ ਜਿਹੜਾ ਜਿਹੜਾ ਟਰੈਕਟਰ ਹੈ ਮੋਡੀਫਾਈਡ ਹੋ ਕੇ ਮੋੜੇ ਮੋਡੀਫਾਈਡ ਹੋਇਆ ਆ ਮੋਡੀਫਾਈਡ ਹੋਣ ਤੇ 10 20 30 40 50000 ਰੁਪਏ ਲੱਗਦਾ ਕਿ ਨਹੀਂ ਲੱਗਦਾ ਤੁਹਾਡੇ ਮੁੰਡੇ ਨੇ ਗੱਡੀ ਮੋਡੀਫਾਈਡ ਕਰਾਈ ਬਿਲਕੁਲ ਨਹੀਂ ਮੇਰੇ ਨੇ ਕਰਾਈ ਬਿਲਕੁਲ ਉਹ ਤਲੇ ਰਿਪੇਰਾਂ ਨਹੀਂ ਹੁੰਦੀਆਂ ਪਈਆਂ ਨਹੀਂ ਹੁੰਦੀ ਸਰਵਿਸ ਨਹੀਂ ਹੁੰਦੀ ਪਈ ਜਿੱਕੋ ਫਾਲਤੂ ਪੈਸਾ ਹੋਊਗਾ ਉਹੀ ਕਹੂਗਾ ਮੈਂ ਆਪਣੀ ਗੱਡੀ ਸਜਾਣੀ ਹੈ ਸਰ ਸਾਹਿਬ ਜਿਹੜੀ ਹੁੰਦੀ ਗੱਲ ਆ ਰਹੀ ਆ ਕਿਸ਼ਤ ਕਿੱਥੋਂ ਦੇਣੀ ਜਿਹੜੀ ਹੁਣ ਨਾਲੀ ਆ ਇਹ ਜਿਹੜੀ ਹੁਣ ਨਾਲੀ ਆ ਕਿ ਮੇਰੇ ਮਕਾਨ ਦੀ ਕਿਸ਼ਤਾਂ ਉਹ ਕਿਨੇ ਦੇਣੀ ਆ। ਸਾਡੀਆਂ ਦਾ ਕਿਸ਼ਤਾਂ ਨਹੀਂ ਜਾ ਰਹੀਆਂ ਉਹ ਗੱਡੀਆਂ ਮੋਡੀਫਾਈਡ ਕਰਾਉਂਦੇ ਫੇਰ ਕਦੋਂ ਤੁਸੀਂ ਪੈਸੇ ਨਹੀਂ। ਅਸੀਂ ਕਿਸਾਲ ਭੁੱਖੇ ਆ। ਸਾਡੇ ਭੁੱਖੇ ਹੋ। ਲੁੱਟ ਲੁੱਟ ਖਾ ਗਏ ਤੁਸੀਂ ਸਿਕੰਦਰ ਸਰਕਾਰ ਨੂੰ ਤੇ ਸਰਕਾਰਾਂ ਨੂੰ ਹਲੇ ਵੀ ਤੁਸੀਂ ਭੁੱਖੇ ਹੋ। ਤੁਸੀਂ ਪੈਸੇ ਦੀ ਗੱਲ ਨੂੰ ਗੰਭੀਰ ਕਹਿ ਰਹੇ ਹੋ। ਤੁਸੀਂ ਕਹਿੰਦੇ ਸਰਕਾਰਾਂ ਨੂੰ ਖਾ ਗਏ। ਨਾ ਜਿਹੜਾ ਪੈਸਾ ਸਾਡਾ ਕੰਜੂ ਰੁਪਈ ਜਾਂਦਾ ਜਿਹੜਾ ਦੇਸ਼ ਦੀ ਡਿਵੈਲਪਮੈਂਟ ਤੇ ਖਰਚਾ ਖਰਚ ਕੀਤਾ ਜਾਣਾ ਚਾਹੀਦਾ ਉਹ ਕਿਸਾਨੀ ਡਿਵੈਲਪਮੈਂਟ ਤੇ ਖਰਚ ਕੀਤਾ। ਇੱਕ ਮੈਡਮ ਤੁਸੀਂ ਦੇਖੋ ਇਹਨਾਂ ਨੇ ਇਹ ਇਹਨਾਂ ਨੇ ਧਰਨਾ ਲਾਇਆ ਸਰਕਾਰ ਨੇ ਕੀ ਕੀਤਾ? ਸਰਕਾਰ ਨੇ ਬੋਝ ਕੀਤੇ ਪਾਇਆ ਪਤਾ ਤੁਹਾਨੂੰ? ਸਰਕਾਰ ਨੇ ਇੰਟਰਐਕਟ ਬੋਝ ਸਾਡੇ ਤੇ ਪਾਤਾ ਵਪਾਰੀਆਂ ਤੇ ਐਮ ਐਸ ਐਮ ਆਈ ਦੇ ਵਿੱਚ ਨਵਾਂ ਕਾਨੂੰਨ ਲਿਆ ਕੇ। ਕਈ ਕਿਸਾਨਾਂ ਦੀ ਤਾਂ ਉੱਥੇ ਜਾਣਾ ਵੀ ਗਈ ਜਦੋਂ ਪਹਿਲਾ ਅੰਦੋਲਨ ਹੋਇਆ। ਜਾਣਾ ਗਈ ਤੁਸੀਂ ਗੱਲ ਨਹੀਂ ਸਮਝੇ? ਮੈਨੂੰ ਇਹ ਨਹੀਂ ਸਮਝ ਆਉਂਦੀ ਆ ਆਪਾਂ ਧਰਨਾ ਦੇਣਾ। ਆਪਾਂ ਧਰਨੇ ਦੇਣੇ ਨਾ ਆਪਾਂ ਕਹਿੰਦੇ ਸਾਡੇ 'ਚ ਜਮਹੂਰੀਅਤ ਆ। ਜਮਹੂਰੀਅਤ ਦੇ ਵਿੱਚ ਸਾਡਾ ਹੱਕ ਆ ਧਰਨਾ ਦੇਣਾ, ਵਿਰੋਧ ਕਰਨਾ ਸਾਡਾ ਹੱਕ ਆ। ਉਹਦਾ ਤਰੀਕਾ ਹੁੰਦਾ। ਉਹਦਾ ਕਿ ਮੈਂ ਆਪਣੇ ਮੁਫਾਦ ਲਈ ਆਪਣੇ ਫਾਇਦੇ ਲਈ ਇਹਨਾਂ ਨੂੰ ਵੀ ਤੰਗ ਕਰਾਂ ਨਾਲ ਉਹਦਾ ਤਰੀਕਾ ਹੁੰਦਾ ਕਿ ਤੁਸੀਂ ਡੀਸੀ ਦਾ ਉਤਰ ਘੇਰੋ ਤੁਸੀਂ ਮਿਨਿਸਟਰੀ ਮੰਤਰਾਲੇ ਆ ਉਹ ਘੇਰੋ ਤੁਸੀਂ ਜਾ ਕੇ ਖੇਤੀ ਵਿਭਾਗ ਘੇਰੋ ਜਾਓ ਆਮ ਨਾਲ ਰੋਲਾ ਪਾ ਕੇ ਜਾਣ ਤੇ ਕੀ ਲੋੜਾ ਟਰਾਲੀਆਂ ਭਰ ਕੇ ਸਜਾ ਕੇ ਲਿਜਾਵਾਂਗੇ ਕਿੱਥੇ ਪਾਵਾਂਗੇ ਦਿੱਲੀ ਜਿੱਤਾਂਗੇ ਦਿੱਲੀ ਜਿੱਤਾਂਗੇ ਮੈਂ ਫਿਰ ਕੀ ਗੱਲ ਕਿਸਾਨ ਜਿੱਥੇ ਬੰਦਿਆਂ ਨੂੰ ਤੁਹਾਡਾ ਤਾਂ ਤੁਸੀਂ ਤਾਂ ਆਪਣੇ ਫਾਇਦੇ ਲਈ ਚੱਲ ਰਹੇ ਹੋ ਤੁਸੀਂ ਤਾਂ ਆਪਣੀ ਇਨਕਮ ਵਧਾਣ ਲਈ ਇੰਕਮ ਲਈ ਤੁਸੀਂ ਆਪਣੀ ਗੱਡੀਆਂ ਨਵੀਆਂ ਲੈਣ ਲਈ ਕਰਜ਼ੇ ਮਾਫ਼ ਕਰਾਉਣਾ ਚਾਹੁੰਦੇ ਹੋ ਤੁਸੀਂ ਆਪਣੇ ਬੱਚੇ ਵਿਦੇਸ਼ਾਂ ਵਿੱਚ ਭੇਜਣ ਲਈ ਕਰਜ਼ੇ ਮਾਫ਼ ਕਰਾਉਣਾ ਚਾਹੁੰਦੇ ਹੋ ਗੱਲ ਇਹੀ ਹੈ ਇੱਕੋ ਹੀ ਸਵਾਲ ਵਪਾਰੀ ਦੇ ਮਨ ਚ ਹੈ ਮੇਰੇ ਨਹੀਂ ਹਰ ਪੰਜਾਬ ਦੇ ਵਪਾਰੀ ਦੇ ਮਨ ਚ ਹੈ ਕਿ ਮੇਰੇ ਕਰਜ਼ੇ ਦੀ ਕਿਸ਼ਤ ਕੌਣ ਉਤਾਰੇਗਾ ਮੇਰੀ ਬੈਂਕ ਦੀ ਕਿਸ਼ਤ ਕੌਣ ਉਤਾਰੇਗਾ ਚਲੋ ਕਿਸਾਨ ਮਜ਼ਦੂਰ ਏਕਤਾ ਜ਼ਿਲ੍ਹੇ ਧਰਨਾ ਚੱਲਦਾ ਉਸ ਲਈ ਕਿਸਾਨ ਮਜ਼ਦੂਰ ਏਕਤਾ ਬਾਤੋ ਕਿਸਾਨ ਏਕਤਾ ਮਜ਼ਦੂਰ ਘੈਵ ਹੋ ਜਾਂਦਾ ਮਜ਼ਦੂਰ ਘੈਵ ਹੋ ਜਾਂਦਾ ਵਿੱਚੋਂ ਮੈਨੂੰ ਇੱਕ ਗੱਲ ਦੱਸੋ ਤਿੰਨ ਕਾਨੂੰਨ ਕਾਲੇ ਕਾਨੂੰਨ ਵਾਪਸ ਹੋ ਗਏ ਉਹਦਾ ਫਾਇਦਾ ਕਿਹਨੂੰ ਹੋਇਆ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਕੀ ਫਾਇਦਾ ਹੋਇਆ ਦੱਸੋ ਕਿਹੜੀ ਮਜ਼ਦੂਰੀ ਵਧ ਗਈ ਉਹਨਾਂ ਦੀ ਬਿਲਕੁਲ ਨਹੀਂ ਵਧੀ ਉਹਨਾਂ ਨੂੰ ਕੀ ਮਿਲ ਗਿਆ ਕਿਹੜਾ ਉਹਨਾਂ ਨੂੰ ਫ੍ਰੀ ਦਾ ਫਾਇਦਾ ਫੇਲੇ ਮਿਲ ਗਿਆ ਕਿਹੜੀ ਉਹਨਾਂ ਦੇ ਘਰ ਦੀ ਬਿਜਲੀ ਮਾਫ ਹੋ ਗਈ ਸਮਝੋ ਕਿ ਮੋਦੀ ਨੇ 300 ਜੂਨ ਮਾਫ ਕਰਤਾ ਉਹਨਾਂ ਦਾ 80 ਕਰੋੜ ਬੰਦਿਆਂ ਨੂੰ ਰਸ਼ਨ ਦੇਤਾ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਤਾਂ 3 ਕਰੋੜ ਵਾਪਸ ਆ ਅੱਛਾ ਜੀ ਚਲੋ ਜੀ ਚਲੀਏ ਘਰ ਨੂੰ ਟੰਡੀ ਜਿਹੜੀ ਲੜਾਈ ਹੈ ਤੁਹਾਡੀ ਬੜਾ ਤਮੜੀਆਂ ਚੱਕਿਆ ਘਰ ਨੂੰ ਦੁਰਬੇ ਲੋਕਾਂ ਦਾ ਮੰਨਣਾ ਜਿਹੜੀ ਇਹ ਤਰਨਾ ਚੱਲ ਰਿਹਾ ਕਿਸਾਨ ਤਰਨਾ ਕਿਸਾਨ ਅੰਦੋਲਨ ਚੱਲਿਆ ਸਿਰਫ ਆਪਣੀ ਨਿੱਜੀ ਲੜਾਈ ਲੜ ਰਹੇ ਨੇ ਆਪਣੇ ਘਰ ਦਾ ਨਿੱਜੀ ਫਾਇਦੇ ਦੀ ਲੜਾਈ ਲੱਤੀ ਜਾ ਰਹੀ ਹੈ ਵੀ ਮੈਂ ਨਵੀਂ ਗੱਡੀ ਲੈਣੀ ਕਰਜ਼ੇ ਮਾਫ਼ ਕਰਾ ਕੇ ਨਾਲੇ ਤੁਸੀਂ ਕਹਿੰਦੇ ਹੋ ਗੋਲੀ ਮੈਂ ਕਰਜ਼ੇ ਮਾਫ਼ ਕਰਾ ਕੇ ਨਵੀਂ ਗੱਡੀ ਲੈਣੀ ਹੈ ਮੈਂ ਕਰਜ਼ੇ ਮਾਫ਼ ਕਰਾ ਕੇ ਆਪਣਾ ਮੁੱਦਾ ਕੈਨੇਡਾ ਮੇਕਾਪੀ ਨਾ ਲੜਾਈ ਤਾਂ ਆ ਚਲਦੀ ਪਈ ਆ ਕਿਤੇ ਗੱਲ ਕੀਤੀ ਇਹ ਗੱਲ ਹੋਈ ਵੀ ਕਿਸਾਨ ਨੇ ਕਿਹਾ ਹੋਵੇ ਵੀ ਸਕੇਂਦਰ ਸਰਕਾਰ ਸਾਨੂੰ ਇੰਨਾ ਕੁ ਸਮਰਥਨ ਕਰੇ ਸਾਡੀ ਆਏ ਦੁੱਗਣੀ ਕਰੇ ਕਿਸੇ ਨੇ ਇਹ ਸਵਾਲ ਚੱਕਿਆ ਵੀ ਸਾਡੀ ਆਏ ਦੁੱਗਣੀ ਕਰੇ ਮਾਰੇ ਸੋਚਿਆ ਜਾਵੇ ਇਹ ਨਹੀਂ ਸੋਚਦੇ ਸਿਰਾਂ ਸੋਚਦੇ ਨੇ ਸਾਡਾ ਕਰਜ਼ਾ ਮਾਫ਼ ਕਰ ਦਿਓ ਕਦੀ ਇਹ ਕਿਹਾ ਵੀ ਰਾਜਸਥਾਨ ਦੀ ਧਰਤੀ ਸਾਨੂੰ ਵੀ ਫੀਮ ਦੀ ਖੇਤੀ ਕਰਨ ਦਾ ਮੌਕਾ ਦੇ ਦਿਓ ਸਾਡੀ ਆਏ ਦੁਗਣੀ ਹੋ ਜਾਏ ਉਹ ਗੱਲ ਨਹੀਂ ਕਰਨੀ ਕਿਉਂ ਨਹੀਂ ਕਰਨੀ ਸਿਰਫ ਕਰਜ਼ਾ ਮਾਫ਼ ਕਰਾਣਾ ਨਾਲੇ ਜੀ ਐਮਐਸਪੀ ਆਪਾਂ ਉਹਦਾ ਕਿਉਂ ਮੰਗਦੇ ਆ ਬੇਸਿਕ ਗੱਲ ਕੀ ਆ ਆਪਾਂ ਨੂੰ ਫਸਲ ਹੀ ਨਹੀਂ ਗਾਣੀ ਆਉਂਦੀ ਆਪਣੀ ਫਸਲ ਘਟੀਆ ਹੁੰਦਾ ਕੀ ਐ ਕਿਸਾਨ ਨੇ ਫਸਲ ਬਣਾਈ ਉਹ ਗਿਆ ਐਫਸੀਆਈ ਦੇ ਉੱਥੇ ਬੰਦੇ ਬੈਠੇ ਉਹ ਜਾ ਕੇ ਇਹਨਾਂ ਦਾ ਮਾਲ ਫੇਲ ਕਰ ਦਿੰਦੇ ਠੀਕ ਆ 6800 ਰੁਪਏ ਜਿਸ ਚੀਜ਼ ਦਾ ਰੇਟ ਆ ਨਾ ਉਨੁਮਾਨ ਨੂੰ ਕੋਈ ਦਾਲ ਦੀ ਗੱਲ ਕਰ ਰਿਹਾ ਮੈਂ ਕਹ ਲੰਦੀ 6800 ਰੁਪਏ ਜਿਸ ਦਾਲ ਦਾ ਰੇਟ ਆ ਉਹਨੂੰ ਮੈਂ ਫੇਲ ਕਰ ਦਿੰਦੇ ਆ ਉਹ ਬਾਹਰ ਆ ਕੇ 5000 ਚ ਵਿਕਦੀ ਆ ਕਿਉਂ ਵਿਕਦੀ ਆ ਕਿਉਂਕਿ ਮਾਲ ਹੀ 5000 ਦਾ ਵਾਲਾ ਉਹ ਉਹਨੂੰ ਮੈਂ ਟੀ-ਸ਼ਰਟ ਤਾਂ ਬਣਾ ਸਕਦਾ 80 ਰੁਪਏ ਵਾਲੀ ਕਮਾ ਮੇਰੀ 150 ਦੀ ਵਿਕ ਜੂਵੇ ਕਿੱਦਾਂ ਵਿਕ ਜੂਗੀ ਥੱਪੜ ਦੀ ਕੀ ਗੱਲ ਹੋਰ ਆ ਗੱਲ ਮੱਧ ਪ੍ਰਦੇਸ਼ ਦੀ ਕਣਕ ਮਹਿੰਗੀ ਵਿਕਦੀ ਪੰਜਾਬ ਦੀ ਕਿ ਸਸਤੀ ਵੀ ਨਹੀਂ ਇਹੀ ਮਸਲਾ ਇਹੀ ਮਸਲਾ ਸਰਕਾਰ ਕਹਿੰਦੀ ਅਸੀਂ ਐਮਐਸਪੀ ਬਣਾਤਾ ਹੁਣ ਮੱਧ ਪ੍ਰਦੇਸ਼ ਵਾਲੇ ਰਹੁੰਦੇ ਆ ਵੀ ਤੁਸੀਂ ਐਮਐਸਪੀ ਬਣਾਤੀ ਇਹਨਾਂ ਦਾ ਘਟਿਆ ਮਾਲ ਉਸ ਭਾਵੇਂ ਕੁਆ ਸਾਡਾ ਵਧੀਆ ਮਾਲ ਹੋਰ ਘਟਜੂਗਾ ਕਿਉਂਕਿ ਐਮਐਸਪੀ ਲੱਗੀ ਮੀਰਾ ਜੋ ਮੀਰਾ ਜੋ ਰਮਾਨ ਹੈ ਮੈਂ ਵੀ ਕਹਾਂਗੀ ਕਿ ਕਦੂ ਵਾਰੀ ਖਰੀਦੀ ਆ ਮੱਧ ਪ੍ਰਦੇਸ਼ ਦੀ ਕਣਕ 3000 ਤੋਂ ਉੱਪਰ ਰੇਟ ਵਿਕਦਾ ਪਿਆ 3200 ਤੋਂ 3500 ਰੁਪਏ ਰੇਟ ਉਹਨਾਂ ਦਾ ਮੱਧ ਪ੍ਰਦੇਸ਼ ਦੀ ਕਣਕ ਦਾ ਮਾਲ ਚ ਦਾ ਮੈਂ ਨਾ ਪੰਜਾਬ ਦੀ ਸਸਤੀ ਕਿਉਂ ਹੈ ਸਰਪਾ ਸਰ ਮੈਨੂੰ ਸਮਝ ਨਹੀਂ ਆਉਂਦੀ ਉਹ ਮਿਹਨਤ ਕਰਦੇ ਆ ਆਪਾਂ ਮਿਹਨਤ ਨਹੀਂ ਕਰਦੇ ਆਪਾਂ ਪਤਾ ਕੀ ਕਹਨੇ ਆ ਆਪਾਂ ਮੰਜੇ ਦਾ ਲੰਮੇ ਮੇ ਆ ਨਾ ਲੀਟਰ ਰੱਖੇ ਹੋਏ ਆ ਉਹ ਕੀ ਕਹਿੰਦੇ ਹੁੰਦੇ ਉਹ ਉਕਾ ਉਹ ਜੋ ਵੀ ਹੈ ਲਖਿਆ ਹੁੰਦਾ ਉਕਾ ਨਹੀਂ ਉਹ ਜਿਹਦੇ ਜੋ ਵੀ ਪਿੰਦੇ ਨਸ਼ਾ ਕਰਦੇ ਆ ਉਦੋਂ ਆਇਆ ਕੋਈ ਸਾਡਾ ਪ੍ਰਵਾਸੀ ਭਰਾ ਅਨਕਾ ਮੋੜ ਦੇ ਨਕਾ ਐ ਕਰਦੇ ਡਕਾ ਐ ਕਰਦੇ ਕਿਤਾ ਸ਼ਾਮ ਨੂੰ ਘਰ ਆਗੇ ਇਹ ਕਿੰਨਾ ਚ ਹੋਰ ਬੜੀ ਵਧੀਆ ਚੀਜ਼ ਆ ਜਦੋਂ ਤਾਂ ਲੈ ਲਈ ਕਾਰ ਥਾਰ ਲੈ ਲਈ ਹੋਰ ਵੱਡੀ ਕਾਰ ਲੈ ਲਈ ਔਰ ਉਹ ਤਾਂ ਜੱਟ ਆ ਜਦੋਂ ਲੋਨ ਮਾਫ ਕਰਾਣਾ ਔਰ ਕਿਸਾਨਾ ਇਹ ਸਮਝ ਨਹੀਂ ਆਉਂਦੀ ਹਾਂ ਸਹੀ ਗੱਲ ਹੈ ਸਹੀ ਗੱਲ ਬੜੀ ਵਧੀਆ ਗੱਲ ਕੀਤੀ ਹੈ ਜਦੋਂ ਤਾਂ ਕਾਰ ਲੇਤੀ ਵੱਡੀ ਵੱਡੀਆਂ ਰੀਲਾ ਪੈਂਦੀਆਂ ਜੱਟ ਨੇ ਗੱਡੀ ਲੈ ਲਈ ਜ਼ਾਰ ਨਹੀਂ ਨਹੀਂ ਉਹ ਸਬਸਿਡੀ ਮਿਲਦੀ ਵੀ ਕਿਸਾਨ ਹੈ ਉਹ ਸਬਸਿਡੀ ਮਿਲਦੀ ਵੀ ਕਿਸਾਨ ਹੈ ਪਰ ਜਿਹੜਾ ਕਿਸਾਨ ਉਹ ਕਿਸਾਨ ਹੈ ਇਹ ਨਹੀਂ ਸਮਝ ਆਂਦੀ ਇਹ ਡਬਲ ਰੂਪ ਕਿਉਂ ਠੀਕ ਆ ਜੇਕਰ ਗੱਡੀਆਂ ਲੈਂਦੇ ਨੇ ਥਾਰਾ ਲੈਨੇ ਹੋ ਤੁਸੀਂ ਗੱਲ ਕਰਦੇ ਹੋ ਆਪਣੀ ਮਿਹਨਤ ਨਹੀਂ ਆ ਲੈਂਦੇ ਨੇ ਕਿ ਮਿਹਨਤ ਕਰਦੇ ਨੇ ਉਹ ਮਿਹਨਤ ਦੀ ਕਿੱਥੇ ਲੈਂਦੇ ਆ ਮਿਹਨਤ ਹੀ ਲੈਂਦੇ ਹੋਣ ਤਾਂ ਦੋਖੀ ਕਹਦਾ ਉਹ ਮਿਹਨਤ ਕਰਦੇ ਮਿਹਨਤ ਕਰਦੇ ਨੇ ਫਿਕਰ ਜੀ ਮਾਫੀ ਦੀ ਗੱਲ ਕਰਦੇ ਆ। ਫਿਕਰ ਮਾਫੀ ਦੀ ਗੱਲ ਕਿਉਂ ਕਰਦੇ ਆ? ਦੱਸੋ ਨਾ ਅੱਜ ਦੀ ਰੇਡ ਤਾਂ ਪੰਜਾਬ ਦੀ ਕਣਕ ਖਾਓ ਲੋਕਾਂ ਦੇ ਅੱਧੇ ਲੋਕਾਂ ਨੂੰ ਅਲਰਜੀ ਹੋ ਗਈ ਕਣਕ ਖਾ ਖਾ ਕੇ ਪਤਾ ਕਿਹੜੀ ਸਪਰੇ ਪਾ ਕੇ ਦਿੰਦੇ ਨੇ। ਠੀਕ ਹੈ ਧੰਨਵਾਦ। ਧੰਨਵਾਦ ਕਿਉਂ? ਕਰਨੀਆ। ਜਿਉਣਾ ਦਿਨਿਤ ਭੱਜੋ ਨਾ। ਮੈਂ ਕਿੱਥੋਂ ਚੱਲੇ ਨਾ ਯਾਰ। ਮੈਂ ਕਿੱਥੋਂ ਜੀ ਭੱਜਿਆ ਮੈਂ ਕਿੱਥੋਂ ਭੱਜਿਆ? ਬੱਸ। ਚਲੋ ਸਾਡੀ ਪੁਲਿਸ ਚਲੋ ਤਾਂ ਕਿ ਤੁਸੀਂ ਅਸੀਂ ਆਪਣੇ ਚੈਨਲ ਦੇ ਦਰੂ ਸਾਡੀ ਤਕਲੀਫ ਵੀ ਪਹੁੰਚਾਓ। ਹੂੰ। ਸਰਕਾਰਾਂ ਤੱਕ ਵੀ ਕਿਸਾਨਾਂ ਤੱਕ ਵੀ। ਹੂੰ। ਸਾਡੀ ਅਪੀਲ ਹੈ ਤੁਹਾਡੀ ਤੁਸੀਂ ਆਪਣੀ ਜਿਹੜੀ ਗ ਸਾਡਾ ਮਾਲ ਦਿੱਲੀ ਕਿੱਦਾਂ ਜਾਊਗਾ ਸਾਡਾ ਵਪਾਰ ਦਾ ਨੁਕਸਾਨ ਕਰੋ ਸਾਡੀ ਕਿਸ਼ਤ ਕੌਣ ਦਊਗਾ ਸਵਾਲ ਸਾਡਾ ਵੀ ਹੈ ਤੁਸੀਂ ਤਾਂ ਧਰਨੇ ਲਾ ਕੇ ਆਪਣੇ ਕਰਜ਼ੇ ਮਾਫ਼ ਕਰਾ ਲੈਣੇ ਆ ਤੁਸੀਂ ਤਾਂ ਧਰਨੇ ਲਾ ਕੇ ਆਪਣੇ ਥਾਰ ਦੇ ਲੋਨ ਮਾਫ਼ ਕਰਾ ਲੈਣੇ ਆ ਤੁਸੀਂ ਤਾਂ ਧਰਨੇ ਲਾ ਕੇ ਆਪਣੇ ਬੱਚੇ ਜਿਹੜੇ ਭਵਿੱਖਾਂ ਹੀ ਭੇਜਿਆ ਉਹ ਮਾਫ਼ ਕਰਾ ਲੈਣੇ ਆ ਵਪਾਰੀ ਕਿੱਥੇ ਜਾਊਗਾ ਵਪਾਰੀ ਨੇ ਜਿਹੜੀ ਕਿਸ਼ਤ ਦੇਣੀ ਹੈ ਨਾ ਉਸ ਮਹੀਨੇ ਬਾ ਰੋਣਾ ਆਂਦਾ ਅਖਲੇ ਨੂੰ ਮੇਰਾ ਮਾਲ ਆ ਤਿੰਨ ਛੁੱਟੀਆਂ ਹੋ ਗਈਆਂ ਆ ਮੇਰੀ ਚਾਰ ਛੁੱਟੀਆਂ ਹੋ ਗਈਆਂ ਆ ਮੇਰੀ ਪੰਜ ਛੁੱਟੀਆਂ ਆ ਭਾਈ ਸਾਹਿਬ ਨੇ ਫੈਕਟਰੀ ਬੰਦ ਕਰਤੀ ਜੀ ਕਲਕੱਤ ਕੋ ਸਾਚਾ ਬਿਲਕੁਲ ਕੱਲ ਫੈਕਟਰੀ ਬਿਲਕੁਲ ਬੰਦ ਕਰਤੀ ਸਿਰਫ ਇਸ ਕਰਕੇ ਕਿ ਮਾਲ ਬਣਾ ਕੇ ਰੱਖੀਆ ਕਿੱਥੇ ਭੇਜਣਾ ਕਿੱਥੇ ਆ ਜਿਹੜਾ ਇੱਕ ਮਾਲ ਜਾਣਾ ਸੀਗਾ ਉਹ ਵੀ ਰੁਕ ਗਿਆ ਉਹ ਵੀ ਅੰਦਰ ਰਹਿ ਗਿਆ ਜਿਹੜਾ ਟਰਨਓਵਰ ਉਹ ਵੀ ਅੰਦਰ ਰਹਿ ਗਿਆ ਮਾਲ ਮਾਲ ਭੇਜੀਏ ਕਿੱਥੇ ਪੇਮਟਾ ਕਿਹਦੇ ਕੋ ਲਵਾਂਗੇ ਬੈਂਕਾਂ ਨੇ ਨਹੀਂ ਤੁਹਾਨੂੰ ਮਾਫ ਕਰਨਾ ਬੈਂਕ ਨੇ ਮਹੀਨੇ ਬਾਅਦ 30 ਤਰੀਕ ਨੂੰ ਸਾਡੀ ਕਿਸ਼ਤ ਲਾ ਦੇਣੀ ਆ ਤੁਸੀਂ ਦੱਸੋ ਸਾਨੂੰ ਕਿੱਥੋਂ ਦਈਏ ਕਿਸ਼ਤਾਂ ਸਰਦੀ ਦਾ ਮਾਲ ਸਰਦੀ ਦਾ ਮਾਲ ਖਤਮ ਹੁੰਦਾ ਨਾ ਗਰਮੀ ਦੀ ਨਾਲ ਹੀ ਮਾਲ ਦੀ ਭੁੱਖ ਆ ਜਾਂਦੀ ਆ ਅਗਰ ਹੁਣ ਹੀ ਭੁੱਖ ਨਾ ਸੀ ਬਟਾਈ ਹੁੰਦੀ ਵਪਾਰੀ ਮਾਲ ਕਿੱਥੋਂ ਲਊਗਾ ਤਕਲੀ ਤੁਸੀਂ ਅੰਸਿਸ ਤੇ ਸਰਕਾਰਾਂ ਨੂੰ ਵੀ ਕਾਂਗੇ ਉੱਥੇ ਇਹਨਾਂ ਨੂੰ ਵੀ ਕਿਸਾਨ ਜੁੱਥੇ ਬੰਦੇ ਨੂੰ ਵੀ ਕਹਿਣਾ ਚਾਹਾਂਗੇ ਆਪਣਾ ਨਾ ਰੋਣਾ ਰੁਈ ਚੱਲੋ ਲੋਕਾਂ ਦਾ ਵੀ ਦੇਖੋ ਅਗਰ ਵਪਾਰ ਜਿੰਦਾ ਰਹੂਗਾ ਤਾਂ ਤੁਸੀਂ ਕਿਸਾਨੀ ਜਿੰਦਾ ਰਹੂਗੀ ਅਗਰ ਸ਼ਹਿਰ ਜਿੰਦਾ ਰਹੂਗਾ ਤਾਂ ਹੀ ਪਿੰਡ ਜਿੰਦਾ ਰਹਿਣਗੇ ਜਕਾਰਾ ਵੀਰ ਬਜਰੰਗੇ ਹਰ ਹਰ ਮਹਾਦੇਵ ਠੀਕ ਹੈ ਕਿਸਾਨਾਂ ਵੱਲੋਂ ਅੰਦੋਲਨ ਕੀਤਾ ਜਾ ਰਿਹਾ ਹੈ ਦਿੱਲੀ ਦੇ ਵਿੱਚ ਮੋਰਚਾ ਲਗਾਇਆ ਜਾ ਰਿਹਾ ਪਰ ਕਿਤੇ ਨਾ ਕਿਤੇ ਸਿਵਸੈਨਾ ਆਗੂ ਵਿਰੋਧ ਕਰਦੇ ਨਜ਼ਰ ਆਉਂਦੇ ਨੇ ਅਜਿਹਾ ਹੋਰ ਵੀ ਅਪਡੇਟ ਦੇਖੋ ਜੀ ਜੁੜੇ ਰਹੋ ਸਾਡੇ ਨਾਲ ਧੰਨਵਾਦ